ਚੀਜ਼ ਤੁਹਾਨੂੰ ਖਵਾਣੀ ਨਾ ਉਹ ਜਿਹੜਾ ਤੁਹਾਨੂੰ ਗਿਫਟ ਨਹੀਂ ਸੀ ਆਇਆ ਹਾਂਜੀ ਉਹਦੇ ਚ ਇੱਕ ਡੱਬਾ ਸੀ ਜਿੰਦੇ ਚ ਬਦਾਮ ਵਗੈਰਾ ਹੈਗੇ ਸਨ ਔਰ ਨੀਲੇ ਰੰਗ ਉਹ ਟਰਾਈ ਕਰਾਂਗਾ ਮੈਂ ਹਾਂ ਤੇ ਮਜ਼ਾ ਆਇਆ ਖਾਣ ਦਾ ਕਿਉਂਕਿ ਉਸ ਦਿਨ ਦੇਖਿਆ ਸੀ ਅੱਜ ਖਾਵਾਂਗਾ ਤੇ ਕੀ ਮਜ਼ਾ ਆਉਣਾ ਮੇਰੀ ਬੜੀ ਖੁਆਇਸ਼ ਹੈਗੀ ਮੇਰਾ ਦਿਲ ਵੀ ਕਰ ਰਿਹਾ ਨੂੰ ਖੋਲ ਕੇ ਖਾਵਾਂ ਜਨਾਬ ਫਿਰ ਏਡਾ ਵੱਡਾ ਤੋਹਫ਼ਾ ਇੰਨੇ ਵੱਡੇ ਮੁਲਕ ਤੋਂ ਆਇਆ ਹੋਵੇ ਮੈਂ ਕਹਾਂ ਸਕ ਜਨਾਬ ਫਿਰ ਤਾਂ ਖੁਸ਼ੀ ਨਾਲ ਖਾਣਾ ਚਾਹੀਦਾ ਤੋਹਫ਼ਾ ਕਿਉਂ ਨਾ ਖਾਈਏ ਜਨਾਬ ਲਿਆਓ ਬਿਸਮਿਲ੍ਲਾ ਕਰੋ ਮਾਸ਼ਾਅੱਲਾ ਤੇ ਸੁਭਾਨ ਅੱਲਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਦੇਖੋ ਜੀ ਕਿੱਡਾ ਖੂਬਸੂਰਤ ਡੱਬਾ ਅਫਜ਼ਲ ਸਾਡੇ ਵਾਸਤੇ ਘੱਲਿਆ ਮੈਂ ਇਹਨੂੰ ਖੋਲ੍ਹਣ ਤੋਂ ਪਹਿਲਾਂ ਰਸਲ ਭਾਈ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਕਿ ਬਹੁਤ ਬਹੁਤ ਸ਼ੁਕਰੀਆ ਉਹਦਾ ਕਿ ਸਾਡਾ ਅੱਡਾ ਖਿਆਲ ਉਹਨਾਂ ਨੇ ਰੱਖਿਆ ਇਨਸ਼ਾਅੱਲਾ ਅਸੀਂ ਵੀ ਤੁਹਾਨੂੰ ਦੁਆਵਾਂ 'ਚ ਯਾਦ ਰੱਖਾਂਗੇ ਤੇ ਮੈਂ ਇਹਨੂੰ ਖੋਲ੍ਹ ਲਾਂ ਕਿਵੇਂ ਖੁੱਲ੍ਹੇਗਾ ਕੀ ਬਸ ਮਾਸ਼ਾਅੱਲਾ ਕਾਜੂ ਬਦਾਮਾਂ ਦੇ ਨਾਲ ਭਰਿਆ ਪਿਆ ਡੱਬਾ ਮੈਂ ਕਹਿੰਦਾ ਬਹੁਤ ਖੁਸ਼ੀ ਹੋ ਰਹੀ ਮੈਨੂੰ ਇਹ ਸਰ ਮੇਵਾ ਹੈ ਕਿ ਰੰਗ ਦਾ ਡੱਬਾ ਹੈ ਸਾਡੇ ਵਾਸਤੇ ਇਸ ਤਰ੍ਹਾਂ ਲੱਗਦਾ ਜਿਵੇਂ ਰੰਗ ਦਾ ਡੱਬਾ ਹੋਵੇ ਇਹ ਮੇਵਾ ਹੈ ਜਨਾਬ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਮਾਸ਼ਾਅੱਲਾ ਮਾਸ਼ਾਅੱਲਾ ਕਿਆ ਖੂਬ ਜਨਾਬ ਮਾਸ਼ਾਅੱਲਾ ਸੋਹਣਾ ਮੇਵਾ ਹੈ ਜਨਾਬ ਇਹ ਦੇਖੋ ਨਾ ਜੀ ਇਹ ਪੂਰੀ ਹਾਕੀ ਬਣੀ ਜੇ ਖੇਡਣ ਵਾਲੀ ਪਹਿਲੀ ਦਫ਼ਾ ਇਹ ਚੀਜ਼ਾਂ ਉੱਤੇ ਵੀ ਖਾ ਰਿਹਾ ਮੈਂ ਕਿਆ ਬਾਤ ਹੈ ਯਾਰ ਮਜ਼ਾ ਆ ਗਿਆ ਜੀ ਬਦਾਮਾਂ ਦਾ ਮਜ਼ਾ ਹੈਗਾ ਤੁਹਾਨੂੰ ਮੈਂ ਇਸ ਤਰ੍ਹਾਂ ਦੇ ਬਦਾਮ ਤਾਂ ਕਦੇ ਖਾਧੇ ਨਹੀਂ ਮਾਸ਼ਾਅੱਲਾ ਜੀ ਵੇਖਣਾ ਇਹ ਬਦਾਮ ਹੈਗਾ ਅੱਛਾ ਜਨਾਬ ਇਹ ਮੂੰਗਫਲੀ ਹੈਗੀ ਖਰੇ ਮੂੰਗਫਲੀ ਹੈਗੀ ਜਨਾਬ ਇਹਨੂੰ ਕੀ ਕਹਿੰਦਾ ਜਨਾਬ ਕਾਜੂ ਕਾਜੂ ਕੱਜਰ ਇਹੋ ਜੀ ਕਾਜੂ ਅੱਗ ਚੀਜ਼ ਹੈ ਜੀ ਇਹ ਬੰਦਾ ਸੁਬਾਹ ਉੱਥੇ ਬਰਫ਼ਬਾਰੀ 'ਚ ਪੰਜ ਸੱਤ ਐਂ ਫੱਕਾ ਮਾਰ ਕੇ ਅਤੇ ਬਾਹਰ ਨਿਕਲ ਜਾਏ ਉਹਨੂੰ ਠੰਡ ਨਹੀਂ ਲੱਗੇਗੀ ਉਹਨੂੰ ਜਿਹੜੇ ਬਦਾਮ ਹੁੰਦੇ ਨੇ ਨਾ ਇਹਨੂੰ ਤੇਲ ਦੇ ਵਿੱਚ ਤਲਿਆ ਹੁੰਦਾ ਅੱਛਾ ਫਰਾਈ ਹੋਏ ਨੇ ਇਹ ਕੀ ਹੋ ਸਕਦਾ ਬਦਾਮ ਤੋਂ ਹੋਇਆ ਸੀ ਬਹੁਤ ਮਜ਼ਾ ਆ ਰਿਹਾ ਪਹਾੜੀ ਚਨੇ ਬਿਲਕੁਲ ਚਨੇ ਸਹਿਜ ਹੈ ਕਿਆ ਬਾਤ ਨੇ ਜਨਾਬ ਖਰੋਟ ਇਹ ਉਹਨਾਂ ਨੇ ਮੈਨੂੰ ਲੱਗਦਾ ਫਰਾਈ ਕੀਤੇ ਨੇ ਤਲੇ ਹੋਏ ਨੇ ਜਿਹੜਾ ਇਹਨਾਂ ਦੀ ਕਾਫੀ ਸਾਰੀ ਜਿਹੜੀ ਪਾਵਰ ਘੱਟ ਹੋ ਗਈ ਹੈ ਇਹ ਬਦਾਮ ਹੈ ਨਾ ਜੀ ਜਨਾਬ ਇਹਦੀ ਮਿਸਾਲ ਇੰਝ ਹੈਗੀ ਹੈ ਕਿ ਛਿਲਕੇ ਸਮੇਤ ਘੋੜੇ ਨੂੰ ਵੀ ਕੋਈ ਸੱਤ ਅੱਠ ਬਦਾਮ ਖਵਾ ਦਿਓ ਅਤੇ ਉਹ ਵੀ ਫੁਲਕ ਜਾਂਦਾ ਯਾਨੀ ਕਿ ਉਹ ਵੀ ਤਬੀਅਤ ਅੱਗ ਹੋਈ ਜਾਂਦੀ ਕਹਿੰਦੇ ਬਦਾਮ ਜਦੋਂ ਖਾਓ ਰਾਤ ਨੂੰ ਭਿਉਂ ਕੇ ਸੁਬਾਹ ਛਿਲਕਾ ਉਤਾਰ ਕੇ ਫਿਰ ਸੱਤ ਅੱਠ ਦਸ ਬਦਾਮ ਤੁਸੀਂ ਖਾ ਸਕਦੇ ਹੋ ਬਹੁਤ ਫਾਇਦਾ ਦੇਣਗੇ ਉੱਥੇ ਜੀ ਡਰਾਈ ਫਰੂਟ ਅਸੀਂ ਪਹਿਲੀ ਦਫ਼ਾ ਖਾਧਾ ਇੱਥੇ ਤਾਂ ਅਸੀਂ ਆਪਣਾ ਖਾਂਦੇ ਰਹਿੰਦੇ ਲੇਕਿਨ ਇਹਦਾ ਕੀ ਜ਼ਾਇਕਾ ਕੀ ਟੇਸਟ ਹੈਗਾ ਡੱਬੇ 'ਚ ਪੈਕਿੰਗ ਹੋ ਕੇ ਹਾਲੇ ਇੰਝ ਲੱਗ ਰਿਹਾ ਜਿਵੇਂ ਤਾਜ਼ਾ ਹੀ ਹੈਗਾ ਫਰੈਸ਼ ਹੀ ਹੈਗਾ ਬੜੀ ਪਿਆਰੀ ਪੈਕਿੰਗ ਦੇ ਵਿੱਚ ਆਇਆ ਤੇ ਮਜ਼ੇਦਾਰ ਚੀਜ਼ ਹੈਗੀ ਰਾਜਾ ਬੜਾ ਮਜ਼ਾ ਆ ਗਿਆ ਜੇ ਕਹਿੰਦੇ ਸਾਰਾ ਡੱਬਾ ਖਾ ਜਾਵਾਂ ਇੰਨਾ ਕੁ ਟੇਸਟ ਹੈਗਾ ਕਹਿੰਦੇ ਪੂਰਾ ਡੱਬਾ ਖਾ ਜਾਈਏ ਇਹ ਮੂੰਗਫਲੀ ਜਿਹੜੀ ਹੈ ਨਾ ਜੀ
ਇਹ ਤੁਸੀਂ ਹਾਰਟ ਦਾ ਵੀ ਤੁਹਾਨੂੰ ਮਸਲਾ, ਤੁਸੀਂ ਫਿਰ ਵੀ ਖਾ ਸਕਦੇ ਹੋ ਇਹਨੂੰ, ਕਿਉਂਕਿ ਇਹਦੀ ਤਬੀਅਤ ਹੁੰਦੀ ਹੈ ਬੜੀ ਨਾਰਮਲ ਜਿਹੀ, ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਵੀ ਖਾ ਲੈਣ, ਇਹਨੂੰ ਕੁਛ ਨਹੀਂ ਹੁੰਦਾ, ਇਹਦੇ 'ਚੋਂ ਵੀ ਤੇਲ ਨਿਕਲਦਾ। ਤੂੰ ਨਾ ਸਫ਼ਰ ਕਰਕੇ ਸਾਡੇ ਮੁਕਦੇ ਖਾਣੇ ਖਾਣੇ ਦਾ ਜਿਹਾ ਸਾਰੇ ਕਹਿੰਦੇ ਕਿ ਦਾਣੇ ਪੇ ਲਿਖਾ ਹੈ ਖਾਣੇ ਵਾਲੇ ਕਰਾਂ। ਖਾਸ ਤੌਰ 'ਤੇ ਆ ਕਾਜੂ ਰੀ ਜਿਹੜੇ ਨੇ ਨਾ, ਇਹ ਦੇਖੋ ਹਾਕੀ ਬਣੀ ਹੈ, ਇਹ ਤਾਂ ਬਹੁਤ ਮਜ਼ੇਦਾਰ ਹੈ, ਉੱਤੋਂ ਹਲਕਾ ਹਲਕਾ ਨਮਕ ਲੱਗਿਆ, ਅਤੇ ਬੰਦਾ ਡੱਬਾ ਲੈ ਕੇ ਕਿਤੇ ਮਰੀ ਵਾਲੇ ਪਾਸੇ ਚਲਾ ਜਾਣਾ, ਯਕੀਨ ਕਰੋ 2 ਮਹੀਨੇ ਉਹਨੂੰ ਠੰਡ ਨਾ ਲੱਗੇ, ਕਿਉਂਕਿ 2 ਕੁ ਮਹੀਨੇ ਤਾਂ ਕੱਢ ਜਾਏਗਾ। ਇਹ ਨਾਲ ਦੁੱਧ ਪੀਵੇ ਬੰਦਾ ਰਾਤ ਨੂੰ ਡੇਲੀ ਖਾਵੇ, ਅਤੇ ਨਾਲੇ ਦੁੱਧ ਪੀਵੇ, ਨਾਲੇ ਮਜ਼ਾ ਲਵੇ। ਮੇਰਾ ਦਿਲ ਕਰ ਮੈਨੂੰ ਖਾਈ ਜਾਵਾਂ। ਵਾਹ, ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲੇ ਬੈਲ ਆਇਕਨ ਦਬਾਓ, ਦੋਸਤਾਂ ਨੂੰ ਸ਼ੇਅਰ ਕਰੋ, ਸਾਨੂੰ ਜ਼ਿਆਦਾ ਦਿਓ। ਅੱਲਾ ਹਾਫਿਜ਼।